तेन नहीं लगता इन लग जाता है नौकरी नहीं करनी ताड़ी बेटी जे साया है साया ओनू साया पैंदा है एक दिन ओनू साया पैंदा है दूजे दिन ओनू साया पैंदा ओदे च कुछ है ओदे च कुछ है हां ते ओ तेरे च नहीं है ओ रौला ओ सही गल करो लंडे दे लिया कदली खां ਸਾਲਿਆ ਪੈਂਟ ਕੋਟ ਇਸ ਤਰ੍ਹਾਂ ਪਾਇਆ ਜਿਸ ਤਰ੍ਹਾਂ ਹਾਈ ਕੋਰਟ ਦੇ ਬਾਹਰ ਜਖਣੀ ਵੇਚਣਾ ਤੇਰੇ ਨਾਲ ਪਿਆਰ ਸਿਰਫ ਇਸ ਤੋਂ ਕਰਦਾ ਵੀ ਤੇਰੀ ਸ਼ਕਲ 'ਚ ਮੈਨੂੰ ਤੇਰੀ ਮਾਂ ਨਜ਼ਰ ਆਉਂਦੀ ਹੈ ਮੈਨੂੰ ਤੁਹਾਡੀ ਸ਼ਕਲ 'ਚ ਮਾਮਾ ਨਜ਼ਰ ਆਉਂਦਾ ਉਹ ਦੱਸਦੀ ਇਹੋ ਜਿਹੀ ਰੌਲਾ ਹੋਰ ਸੀ ਮੈਂ ਕਿਹਾ ਸਾਹਿਬ ਜੀ ਕਿਸ਼ਤਾਂ 'ਤੇ ਵਾਲ ਲਵਾ ਲਓ ਕਹਿੰਦਾ ਇੰਨੇ ਪੈਸੇ ਕਿੱਥੋਂ ਦੇਣੇ ਗਮ ਨਾ ਪਿਛਲੇ ਉੱਡ ਜਾਣੇ ਇੱਥੇ ਗਰਮੀਆਂ 'ਚ ਪਸੀਨਾ ਆਉਂਦਾ ਜੀ ਜੀ ਆਉਂਦਾ ਛੋਟਾ ਵੈਪਰ ਲਵਾ ਲਾ ਵੈਪਰ ਮੈਂ ਲਵਾਇਆ ਮੈਂ ਲਵਾ ਬੈਠਾ ਰਕਸ਼ੇ ਵਾਲਾ ਅੱਛਾ ਜੀ ਤੂੰ ਸਿਰਫ ਫੜ ਕੇ ਹਿਲਾਉਣਾ ਹੈ ਅੱਛਾ ਅੰਦਰਲੀ ਸਾਈਡ ਤੋਂ ਅੰਦਰਲੀ ਸਾਈਡ ਤੋਂ ਹੁੰਦਾ ਨਾ ਗੋਲਾ ਜਿਹਾ ਲੱਗਾ ਤੈਨੂੰ ਪਤਾ ਸਮਝ ਗਿਆ ਹਾਂ ਪਤਾ ਤੈਨੂੰ ਸਾਰਾ ਹੀ ਆ ਅੰਦਰੋਂ ਤੇ ਬਾਹਰ ਅੱਖ ਜਰਾਬਾਂ ਦੀ ਬੋ ਆਉਂਦੀ ਆ ਆਪਣੀ ਬੁੱਢੀ ਨੂੰ ਕਹਿੰਦਾ ਰੋਜ਼ੇ ਲੰਘ ਗਏ ਉਹ ਕਹਿੰਦੀ ਮੇਰਾ ਮੂੰਹ ਇੱਧਰ ਸੀ ਪਿੱਛੋਂ ਦੀ ਲੰਘ ਗਏ ਆਪ ਸਾਲੇ ਦੀ ਬਾਂਹ ਟੁੱਟ ਗਈ ਤੇ ਭਲਵਾਨ ਕੋਲ ਚਲਾ ਗਿਆ ਜਾ ਕੇ ਤਾਂ ਭਲਵਾਨ ਜੀ ਬਾਂਹ ਟੁੱਟ ਗਈ ਇਹਦੇ ਚੜਾ ਦਿਓ ਉਹ ਕਹਿੰਦਾ ਉਹ ਤਾਂ ਮੇਰਾ ਆਪਾ ਚੜਾਉਂਦਾ ਸੀ ਮੈਂ ਤਾਂ ਸਿਰਫ ਉਂਗਲਾਂ ਚੜਾਉਂਦਾ ਮਾਸ਼ਾਅੱਲਾ ਦੇਖੋ ਜਦੋਂ ਦੀਆਂ ਚੜੀਆਂ ਸਿਹਤ ਵੀ ਬਣ ਗਈ ਸੋਹਣਿਆ ਤੇਰੀ ਗੱਲ ਦਾ ਗੁੱਸਾ ਕੋਈ ਨਹੀਂ ਬੁੱਢੀ ਮੇਰੀ ਮਰ ਗਈ ਆ ਤੂੰ ਇਸ ਘਰ 'ਚ ਨਾ ਹੋਵੇਂ ਤਾਂ ਮੈਂ ਕੰਧਾਂ 'ਚ ਟੱਕਰਾਂ ਮਾਰਾਂ ਕਿਸ ਤਰ੍ਹਾਂ ਮਰੇ ਭਾਬੀ ਸਨ 64 ਦੀ ਜੰਗ 'ਚ ਮਰੀ ਹੈ ਆ ਜੀ ਉਹਦੇ ਨਾਲ ਹੋਈ ਥੋੜੀ ਸੀ ਕਾਦੀ ਸਾਲ ਕੱਲੀ ਚਾਚੀ ਤੇ ਐਡਾ ਪਿੰਡ ਬੜਾ ਗੱਲ ਹੁੰਦਾ ਜੀ ਪੂਰੇ ਪਿੰਡ 'ਚ ਰੋਟੀ ਪਕਾਉਣੀ ਤਾਰਕ ਡੈਡੀ ਜਿੰਨੀ ਤੇਰੀ ਗੁਜ਼ਰ ਗਈ ਹੋ ਤੇ ਜਿੰਨੀ ਤੇਰੀ ਬਕਾਇਆ ਟੋਟਲ ਤੇ ਲਾਨਤ ਹੈ ਸਰ ਸੇਮ ਟੂ ਯੂ ਥੈਂਕ ਯੂ ਹੈ ਮੈਂ ਕਿਹਾ ਇੰਨੀ ਮੈਂ ਕੀ ਰੱਖਣੀ ਘਰ ਲੈ ਜਾ ਥੋੜੀ ਅਭੀ ਕੀ ਰੌਲਾ ਕੀ ਹੈ ਮੈਂ ਨੌਕਰੀ ਨਹੀਂ ਕਰਨੀ ਹੈ ਇੱਥੇ ਨੌਕਰੀ ਨਹੀਂ ਕਰਨੀ ਮਾਲਕ ਅਗਰ ਆ ਕੁੱਤੇ ਵਾਂਗੂ ਭੌਂਕਣ ਜਾ ਤੂੰ ਨੌਕਰੀ ਨਹੀਂ ਕਰਨੀ ਤੇ ਤੈਨੂੰ ਕਿਸੇ ਦੀ ਧੀ ਲੱਗਣੀ ਉਹਦੀ ਤੂੰ ਨੌਕਰੀ ਨਹੀਂ ਕਰਨੀ ਓ ਕਾਕਾ ਐਡਾ ਤੂੰ ਮੇਰੀ ਹਮਾਇਤ ਨਾ ਕਰ ਤੇਰਾ ਮਾਮਾ ਸਹੁਰਾ ਤੂੰ ਐਡੀ ਫ੍ਰੀ ਹੋਣ ਨਹੀਂ ਨਾ ਤੂੰ ਮੇਰੀ ਹਮਾਇਤ ਨਾ ਕਰ ਹਾਂ ਗੋਤੀ ਦੇ ਬੱਚੇ ਤੇਰੀ ਹਮਾਇਤ ਹੀ ਹੋਰ ਪਾਸੇ ਜਾਣ ਦੇਈ ਅੱਛਾ ਤੁਸੀਂ ਭੈਣ ਦੀ ਔਲਾਦ ਪਛਾਣ ਲੈਂਦੇ ਹੋ ਤੇਰੀ ਬਰਥਡੇ ਤੇ ਲਾਨਤ ਹੈ ਤੇਰੇ ਕੋ ਕੋਈ ਫੁੱਲਾਂ ਦਾ ਦਸਤਾ ਹੈ ਨਾ ਦਿਨਾ ਦਿਨ ਫੁੱਲਾਂ ਦਾ ਦਸਤਾ ਅੱਛਾ ਗੱਲ ਇਹ ਕਾਕਾ ਕਿਹਨੇ ਅਗਰ ਇੱਥੇ ਨੌਕਰੀ ਨਹੀਂ ਕਰਨੀ ਨਾ ਜੀ ਜੀ ਇਹਦੇ ਕੰਮ ਕਾਰ ਜਿਹੜੇ ਘਰ 'ਚ ਕਰਦੀ ਨਾ ਉਹ ਮੇਰੇ ਜ਼ਿੰਮੇ ਲਾ ਦੇ ਉਹ ਤੂੰ ਸਮੇਂ ਲੈ ਇਹਨੂੰ ਫਰਕ ਕਰੋ ਇਹਨੂੰ ਫਰਕ ਕਰੋ ਠੀਕ ਹੈ ਕੱਢ ਦਿਓ ਇਹਨੂੰ ਇਹਦਾ ਕੋਈ ਐਡਾ ਖਾਸ ਕੰਮ ਨਹੀਂ ਹੈ ਕੀ ਕੰਮ ਕੀ ਆ ਸਿਰਫ ਇਹਦੀ ਡਿਊਟੀ ਹੈ ਚੌਧਰੀ ਨੂੰ ਉਠਾਉਣਾ ਯਾਨੀ ਕਿ ਅੱਛਾ ਤੁਹਾਨੂੰ ਉਠਾਉਣਾ ਇਹ ਹੋਏ ਤਾਂ ਮੈਂ ਕਹਿੰਦਾ ਵੀ ਆ ਚੌਧਰੀ ਸਮਝ ਲਓ ਫਾਰ ਐਗਜ਼ਾਮਪਲ ਚੌਧਰੀ ਸੁੱਤਾ ਪਿਆ ਫਾਰ ਨਾ ਨਾ ਬਾਸ ਸੁੱਤਾ ਹੀ ਗਿਆ ਆ ਚੌਧਰੀ ਸੁੱਤਾ ਪਿਆ ਉੱਤੇ ਲਿਆ ਕੰਬਲ ਕੰਬਲ ਠੀਕ ਹੈ ਜੀ ਜੀ ਆ ਤੂੰ ਆਉਣਾ ਜੀ ਆ ਥੋੜਾ ਜਿਹਾ ਕੰਬਲ ਚੁੱਕਣਾ ਕੰਬਲ ਇੰਨਾ ਕੁ ਚੁੱਕਣਾ ਕਿ ਤੇਰਾ ਹੱਥ ਸਿਰਫ ਚੌਧਰੀ ਤੱਕ ਪਹੁੰਚ ਜਾਏ ਠੀਕ ਹੈ ਚੌਧਰੀ ਨੌਕਰੀ ਦੱਸ ਤੂੰ ਤੇ ਸ਼ਹਾਦਤ ਦੱਸਣ ਨੇ ਆ ਡਿਊਟੀ ਦਾ ਸਮਝ ਲਾ ਨਾ ਐ ਚੌਧਰੀ ਤੱਕ ਹੱਥ ਜਾਣਾ ਕੰਬਲ ਆ ਗਿਆ ਕੰਬਲ ਥੋੜਾ ਜਿਹਾ ਹਟਾਉਣਾ ਕਿਉਂਕਿ ਠੰਡ ਹੈ ਠੰਡ ਆ ਚੌਰੀ ਹਿੱਲ ਜਾਂਦਾ ਹਾਂ ਇਹੋ ਜਿਹੇ ਵੇਲੇ ਤੇ ਚੌਧਰੀ ਬਿਲਕੁਲ ਕੁੰਗੜ ਕੇ ਕੰਬਲ 'ਚ ਪਿਆ ਹੁੰਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਅਸੀਂ ਲੱਗਦਾ ਮੁਲਕ ਦੇ ਬਾਰੇ ਗੱਲਾਂ ਕਰ ਰਹੇ ਹਾਂ ਐ ਮੂੰਹ ਤੋਂ ਕੰਬਲ ਹਟਾਇਆ ਜੀ ਜੀ ਆਇਸਤਾ ਜ ਆ ਤੂੰ ਉਠਾ ਲਾ ਇਹ ਉਹਨੂੰ ਸਮਝਣ ਦੇ ਜੇ ਤੂੰ ਇਹਨੂੰ ਵੀ ਛੁੱਟੀ ਕਰਾ ਦੇਣਾ ਫਿਰ ਤੂੰ ਤੇ ਮੋੜਾ ਦੋਨੋਂ ਸਮਝ ਲਓ ਦੋਨੋਂ ਸਮਝ ਲਓ ਚਲੋ ਆ ਕਾਕਾ ਚੌਧਰੀ ਸੁੱਤਾ ਕੰਬਲ ਹਟਾਉਣਾ ਹਟਾ ਲੈ ਆਇਸਤਾ ਜਿਹਾ ਚੌਧਰੀ ਦਾ ਮੂੰਹ ਫੜ ਕੇ ਬੋਲਾ ਜਿਹਾ ਪਾਈ ਸੱਤ ਵਾਰੀ ਕੰਨਾਂ ਚੋ
ਬੰਦਾ ਸਮਝਣਾ ਚੌਧਰੀ ਚੌਥੀ 'ਚ ਪੜ੍ਹਦਾ। ਇਹ ਚੌਥੀ 'ਚ ਪੜ੍ਹਦਾ ਹੋਵੇ ਜਾਂ ਇਹਨੇ ਐਮ ਏ ਕੀਤਾ ਹੋਵੇ, ਹੁੰਦਾ ਇਹ ਜਾਹਲ ਹੀ ਹੈ। ਲੱਗਦਾ ਮੈਂ ਡਾਕਟਰ ਕਦੀਰ ਨਾਲ ਬਹਿਸ ਕਰਨ ਡਿਆ। ਅੱਜ ਤਾਂ ਜੀ ਚੋਣ ਮਾਤਾ ਤਸ਼ੱਦਦ ਨਹੀਂ ਕਰਨਾ, ਵੀ ਚੌਧਰੀ ਦਾ ਮੂੰਹ ਹੀ ਛਿੱਲ ਦੇਵੇ ਨਾ। ਅੱਗੇ ਤੇ ਚੱਲ ਚੁਣ ਮਾਜਾ ਪਾਲਾ ਮਾਜਾ ਪੱਪਾ, ਹੈ ਦੋ ਚਾਰ ਵਾਰੀ ਕਰੇਗਾ ਚੌਧਰੀ ਹਲਕੀ ਜਿਹੀ ਅੰਗੜਾਈ ਲੈਗਾ, ਸਮਝੋ ਚੌਧਰੀ ਉੱਠ। ਸਮਝ ਆਈ ਹੈ? ਸਮਝ ਆ ਕੇ ਚੌਧਰੀ ਕਿਸ ਤਰ੍ਹਾਂ ਖਾਣਾ ਹੈ? ਨਾ ਨਾ ਨਾ, ਤੂੰ ਅਗਰ ਇਸ ਕੰਮ 'ਚ ਨੌਕਰੀ ਨਹੀਂ ਕਰਨੀ ਤੈਨੂੰ ਚੌਧਰੀ ਦੀ ਲਾਸ਼ ਤੇ ਲੰਘ ਕੇ ਜਾਣਾ ਪਏਗਾ ਬਸ। ਅੱਛਾ ਮਸਲਾ ਕੀ ਕਾਕਾ? ਗੱਲ ਇਹ ਆ ਵੀ ਤੈਨੂੰ ਪਤਾ ਵੀ ਮੇਰੀ ਬੇਟੀ, ਹਾਂਜੀ, ਉਹ ਬਿਮਾਰ ਬਸ ਜੀ ਮੇਰੀ ਵਜ੍ਹਾ ਨੇ ਹੋਈ ਹੈ। ਹਾਂ, ਟਾਈਮ ਨਾਲ ਦਵਾਈ ਨਹੀਂ ਦਿੰਦਾ ਰਹੇ। ਉਹ ਬਿਮਾਰ ਆ ਤੇ ਮੇਰਾ ਪ੍ਰੋਫੈਸਰ ਯਾਰ ਨਹੀਂ ਨਾਗੀ, ਬਾਬਾ ਨਾਗੀ, ਹਾਂ ਉਹ ਅੱਜ ਇੱਥੇ ਆ ਰਹੇ ਉਹਨਾਂ ਦੀਆਂ ਰਿਪੋਰਟਾਂ ਲੈ ਕੇ।